ਜਾਗੀ ਸੀ ਪਰ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਭਾਈ ਆਪਣਾ ਦਾਦਾ ਜਿਹੜਾ ਸੀ ਉਹ ਫਲਾਣੇ ਨੂੰ ਵੋਟ ਪਾਉਂਦਾ ਹੁੰਦਾ ਸੀ ਤੇ ਸਾਡਾ ਜਿਹੜਾ ਖਾਨਦਾਨ ਸਾਡੇ ਤਾਂ ਪੜਦਾਦਿਆਂ ਤੋਂ ਹੀ ਅਸੀਂ ਫਲਾਣੇ ਨੂੰ ਵੋਟ ਪਾਉਂਦੇ ਰਹੇ ਹਾਂ ਅਸੀਂ ਵੀ ਕਿਤੇ ਨਾ ਕਿਤੇ ਡਾਵਾਂ ਡੋਲ ਹਾਂ ਮੈਂ ਅੱਜ ਦੁਪਹਿਰੇ ਵੀ ਗੱਲ ਕਰਦਾ ਸੀ ਪ੍ਰੋਗਰਾਮ ਦੇ ਵਿੱਚ ਵੀ ਪਤਾ ਹੀ ਨਹੀਂ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਅਸੀਂ ਕਹਿ ਦਿੰਦੇ ਹਾਂ ਵੀ ਵੈਸੇ ਤਾਂ ਫਲਾਣੇ ਦੀ ਹਵਾ ਸੀ ਪਰ ਆਖਰੀ ਦੋ ਰਣਾਂ ਦੇ ਵਿੱਚ ਕਮਾਲ ਹੋ ਗਈ ਤੂੰ ਤਾਂ ਜਿੱਤ ਗਿਆ ਉਹ ਦੋ ਰਣਾਂ ਦੇ ਵਿੱਚ ਕਿਹੜੀ ਗਿੱਦੜ ਸੀਗੀ ਉਹ ਆ ਜਾਂਦੀ ਆ ਉਹ ਦੋ ਰਣਾਂ ਦੇ ਜਿਹੜੇ ਦੋ ਦਿਨ ਆ ਉਹ ਪਿਛਲੇ 5 ਸਾਲ ਦੇ ਉੱਤੇ ਭਾਰੂ ਕਿਉਂ ਪੈ ਜਾਂਦੇ ਆ ਇਹ ਤਾਂ ਆਪਣੀ ਮੇਰਾ ਖਿਆਲ ਆ ਵੀ ਸੋਚਣ ਵਿਚਾਰਨ ਵਾਲੀ ਗੱਲ ਆ ਗੱਲ ਸ਼ਾਇਦ ਤੁਸੀਂ ਸਾਰਿਆਂ ਨੇ ਸੁਣੀ ਹੋਵੇ ਬਈ ਇੱਕ ਵਾਰੀ ਇੱਕ ਰਾਜਾ ਬੜਾ ਦਿਆਲੂ ਸੀਗਾ ਤੇ ਉਹ ਨਹੀਂ ਚਾਹੁੰਦਾ ਸੀ ਮੈਂ ਆਪਦੀ ਪਰਜਾ ਦੇ ਉੱਤੇ ਟੈਕਸ ਲਾਵਾਂ ਪਰ ਖਜ਼ਾਨਾ ਖਾਲੀ ਸੀ ਜਿਵੇਂ ਆਪਣੇ ਨਾਲ ਤਾਂ ਰਹਿੰਦਾ ਹੀ ਆ ਪਰ ਉਹਦਾ ਵੀ ਮਾੜਾ ਮੋਟਾ ਜਿਹਾ ਖਾਲੀ ਸੀਗਾ ਉਹਨੂੰ ਉਹਦੇ ਸਲਾਹਕਾਰਾਂ ਨੇ ਰਾਏ ਦਿੱਤੀ ਵੀ 5% ਆਪਾਂ ਨਾ ਟੈਕਸ ਲਾ ਲਈਏ ਰਾਜਾ ਕਹਿੰਦਾ ਵੀ ਐਵੇਂ ਲੋਕ ਕਲਪੜ ਕੇ ਮੈਂ ਨਹੀਂ ਚਾਹੁੰਦਾ ਮੇਰੀ ਪਰਜਾ ਤੰਗ ਪਰੇਸ਼ਾਨ ਹੋਵੇ ਉਹ ਕਹਿੰਦੇ ਕੁਛ ਨਹੀਂ ਹੁੰਦਾ ਇਹ 2-4 ਦਿਨ ਹੀ ਤੰਗ ਹੁੰਦੇ ਆ ਗੱਲ ਖਤਮ ਉਹ ਜੀ 5% ਲਾਤਾ ਖਜ਼ਾਨਾ ਭਰ ਗਿਆ ਉਹ ਲਾਲਚੀ ਜਿਹੜੇ ਸਲਾਹਕਾਰ ਸੀ ਉਹਨੇ ਹੁਣ 10% ਕਰਦੇ 15 ਕਰਦੇ 20 ਕਰਦੇ ਮਜਬੂਰ ਕਰਕੇ ਕਰਵਾਈ ਲੈ ਰਾਜੇ ਨੇ ਇੱਕ ਦਿਨ ਆਖਿਆ ਜੀ ਕਿ ਜਿਸ ਦਿਨ ਲੋਕ ਮੇਰੇ ਕੋਲ ਆ ਗਏ ਨਾ ਤੇ ਮੈਂ ਉਸ ਦਿਨ ਸਾਰੇ ਜਿਹੜੇ ਆ ਇਹ ਕਾਢਾ ਫਿਰ ਦੇਣਾ ਟੈਕਸਾਂ ਟੁਕਸਾਂ ਦੇ ਉੱਤੇ ਇੱਕ ਦਿਨ ਇਹ ਵੀ ਲੱਗ ਗਿਆ ਵੀ ਭਾਈ ਨਾਲ ਤਾਂ 25% ਟੈਕਸ ਦੇ ਨਾਲ 5-6 ਮਾਰਿਆ ਕਰਦੇ ਆ ਉਹ ਹੁਣ ਇੱਕ ਦਿਨ ਲੋਕ ਇਕੱਠੇ ਹੋ ਕੇ ਆਏ ਆ ਤੇ ਰਾਜਾ ਬੜਾ ਖੁਸ਼ ਆ ਵੀ ਅੱਜ ਇਹ ਮਸਲਾ ਦੱਸਣਗੇ ਤੇ ਮੈਂ ਇਹਨਾਂ ਦਾ ਸਾਰਾ ਕੁਝ ਮਾਫ਼ ਕਰ ਦੇਣਾ ਮੈਂ ਬਸ ਇਹੀ ਚਾਹੁੰਦਾ ਵੀ ਮੇਰੇ ਇਲਾਕੇ ਮੇਰੇ ਹਲਕੇ ਦੇ ਲੋਕ ਜਾਗਦੇ ਕਿੰਨੇ ਆ ਉਹਨਾਂ ਦੇ ਵਿੱਚੋਂ ਜਿਹੜਾ ਸਾਰੀ ਭੀੜ ਦੇ ਵਿੱਚੋਂ ਜਿਹੜਾ ਸਭ ਤੋਂ ਸਿਆਣਾ ਸੀ ਉਹ ਖੜਾ ਹੋ ਕੇ ਕਹਿੰਦਾ ਜੀ ਦੇਖੋ ਸਾਨੂੰ ਟੈਕਸ ਦੇਣ ਦੇ ਵਿੱਚ ਕੋਈ ਸਮੱਸਿਆ ਨਹੀਂ ਸਾਨੂੰ ਤੁਸੀਂ ਜਿਵੇਂ ਮਰਜ਼ੀ ਕਰੋ ਅਸੀਂ ਰਾਜ਼ੀ ਹਾਂ ਉਵੇਂ ਆ ਤੁਹਾਡੇ ਬੰਦੇ ਛਿੱਤਰ ਮਾਰਨ ਵਾਲੇ ਬਹੁਤ ਥੋੜੇ ਆ ਸਾਨੂੰ ਟਾਈਮ ਕਾਫੀ ਲੱਗ ਜਾਂਦਾ 5 ਥਾਂ ਭਾਵੇਂ 7 ਮਾਰ ਲਿਆ ਕਰੋ ਬੰਦੇ ਵਧਾ ਲਓ ਸੋ ਇਹੋ ਜਿਹਾ ਸਾਡੇ ਹਾਲਾਤ ਆ ਕਿ ਕਿਸੇ ਨੇ ਸੱਚੀ ਮੁੱਚੀ ਬਾਈ ਜੀ ਮੈਂ ਆਪਦੇ ਟੱਬਰ ਤੋਂ ਸ਼ੁਰੂ ਕਰਕੇ ਲੋਕਾਂ ਦੇ ਵਿੱਚ ਵਿਚਰ ਕੇ ਹਰ ਰੋਜ਼ ਦੇਖਦਾ ਲੋਕਾਂ ਦੀ ਮਾਨਸਿਕਤਾ ਉਸ ਪੱਧਰ ਦੇ ਉੱਤੇ ਨਹੀਂ ਬਦਲ ਰਹੀ ਜਿਹੜੇ ਪੱਧਰ ਤੇ ਬਦਲਣੀ ਚਾਹੀਦੀ ਸੀ ਤੁਸੀਂ ਦੇਖੋ ਅਸੀਂ ਹਰ ਰੋਜ਼ ਖਬਰਾਂ ਪੜ੍ਹਦੇ ਹਾਂ ਬਾਈ ਤੇ ਨੱਚਦਾ ਪੰਜਾਬ ਰੇਡੀਓ ਤੇ ਵੀ ਖਬਰਾਂ ਸਾਂਝੀਆਂ ਕਰਦੇ ਹਾਂ ਉੱਥੇ ਅਸੀਂ ਇਹ ਤਾਂ ਦੇਖਦੇ ਹਾਂ ਜੀ ਕਿ ਸਾਨੂੰ ਮੋਬਾਈਲ ਨਹੀਂ ਮਿਲੇ ਅਸੀਂ ਮਾਰੇ ਗਏ ਅਸੀਂ ਲੁੱਟੇ ਗਏ ਅਸੀਂ ਤਬਾਹ ਹੋ ਗਏ ਪਰ ਕਦੇ ਤੁਸੀਂ ਇਕੱਠ ਹੋਇਆ ਦੇਖਿਆ ਕਿ ਸਾਨੂੰ ਰੁਜ਼ਗਾਰ ਨਹੀਂ ਮਿਲਿਆ ਸਾਡੇ ਨਾਲ ਮੈਨੀਫੈਸਟੋ ਦੇ ਵਿੱਚ ਕੀਤੇ ਵਾਅਦੇ ਨਹੀਂ ਪੂਰੇ ਹੋਏ ਸਾਡੇ ਦਰਖਤ ਪੱਟੇ ਗਏ ਹੁਣ ਲਾਉਂਦੇ ਕਿਉਂ ਨਹੀਂ ਸਾਡੇ ਵਾਤਾਵਰਨ 'ਚ ਜ਼ਹਿਰਾਂ ਘੁਲਦੀਆਂ ਕਿਉਂ ਨਹੀਂ ਇਹ ਸਾਡੇ ਏਜੰਡੇ ਦੇ ਵਿੱਚ ਹੀ ਸ਼ਾਮਿਲ ਨਹੀਂ ਹੈ ਸੋ ਲੋਕਾਂ ਦੀ ਮੇਰਾ ਤਾਂ ਬਸ ਇੱਕ ਸਤਰ ਦੇ ਵਿੱਚ ਹੁੰਦੀ ਕਿ ਸੋਚ ਬਦਲੋ ਸਮਾਜ ਬਦਲੋ ਸਵਾਲ ਸ਼ਹਿਰ ਖੰਡ ਦਾ ਤੇ ਲਹਿਮਾ ਬਲਾਬ ਦੀ ਦੋਵੇਂ ਵਿਖੇ ਜਿਹਦੇ ਉੱਤੋਂ ਬੋਲੀ ਉਹ ਪੰਜਾਬ ਦੀ ਸੋ ਪੰਜਾਬੀ ਬੋਲੀ ਦੇ ਦੋ ਮਹਾਰਾਜ ਸ਼ਖਸੀਅਤਾਂ ਜਿਹੜੀਆਂ ਦੋਨੇ ਇੱਥੇ ਹਾਜ਼ਰ ਆ ਸੋ ਧੰਨਵਾਦ ਤਾਂ ਖਾਸ ਤੌਰ 'ਤੇ ਜਿਹੜਾ ਸਬੱਬ ਬਣਾਇਆ ਬਸਾ ਪਰਿਵਾਰ ਨੇ ਵੀਰ ਗੋਲੀ ਧਾਲੀ ਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਪੁਰਾਣੇ ਮਿੱਤਰ ਨਹੀਂ ਆ ਵੱਡੀ ਗੱਲ ਇਹ ਆ ਵੀ ਮੈਨੂੰ ਇਹ ਗੱਲ ਕਹਿਣ 'ਚ ਕੋਈ ਉਤਸ਼ਾਹਟ ਨਹੀਂ ਅਜੀਤ ਬਸਾ ਸਾਡਾ ਇੱਥੋਂ ਦਾ ਜੰਮਪਲ ਨੌਜਵਾਨ ਹੈ ਪਰ ਬਹੁਤ ਪ੍ਰਾਪਤੀਆਂ ਇਸ ਮੁੰਡੇ ਨੇ ਕੀਤੀਆਂ ਵੱਡੀ ਗੱਲ ਪ੍ਰਾਪਤੀ ਦੇ ਤੌਰ 'ਤੇ ਮੈਂ ਇਹ ਵੀ ਕਹਿੰਦਾ ਹੁੰਦਾ ਕਿ ਪੰਜਾਬੀ ਜ਼ਬਾਨ ਦੇ ਨਾਲ ਜੁੜਿਆ ਹੋਇਆ ਪੰਜਾਬੀ ਨੂੰ ਸਮਝਦਾ ਔਰ ਇਸ ਚੀਜ਼ ਨੂੰ ਇਸ ਇੰਪੋਰਟੈਂਸ ਨੂੰ ਹੁਣ ਤੱਕ ਆਪਣੇ ਜ਼ਿੰਦਗੀ ਦੇ ਵਿੱਚ ਉਹਨੇ ਲਾਗੂ ਕੀਤਾ ਕਿ ਖਾਸ ਤੌਰ 'ਤੇ ਜਿਹੜੇ ਇੱਦਾਂ ਦੇ ਹੀਰੇ ਆ ਪਹਿਲਾਂ ਬਾਈ ਜਾਣਦੇ ਤੁਸੀਂ ਸਾਹਿਬ ਪੰਗੋਟਾ ਅਤੇ ਧਰਮਕਾਰੀ ਮਿੱਟੂ ਚੱਕ ਵਾਲਾ ਬਾਈ ਇਹ ਸਾਰੇ ਆਏ ਸਨ ਸੋ ਇਹ ਬਹੁਤ ਵੱਡੀ ਗੱਲ ਆ ਇਹ ਨਵੀਆਂ ਕਿਰਤਾਂ ਪੈ ਰਹੀਆਂ ਹਰ ਬੰਦਾ ਆਪਣੇ ਕਾਰਜ ਖੇਤਰ ਦੇ ਵਿੱਚ ਜੇਕਰ ਆਪਣੀ ਜ਼ਬਾਨ ਆਪਣੇ ਸੱਭਿਆਚਾਰ ਲਈ ਇੰਨਾ ਇੰਨਾ ਕੰਮ ਕਰੀ ਜਾਵੇ ਤਾਂ ਮੈਂ ਖਿਆਲ ਗੁਰਪ੍ਰੀਤ ਭੂਮੀ ਦੇ ਪਿਆਰੇ ਮਿੱਤਰ ਆ ਉਹ ਕਹਿੰਦੇ ਵੀ ਰੇਲਵੇ ਦੀ ਪਟੜੀ ਆ ਜਿੱਥੇ ਜਾ ਕੇ ਪਟੜੀ ਮੁੱਕ ਜਾਣੀ ਆ ਉੱਥੇ ਜਾ ਕੇ ਉਹ ਟ੍ਰੇਨ ਰੁਕ ਜਾਣੀ ਆ ਸੋ ਇਹ ਪਟੜੀ ਜਿਹੜੀ ਆ ਉਹ ਇੱਥੇ ਬਦਲਣੀ ਆ ਇਹ ਜਿਹੜਾ ਰਾਬਤਾ ਖਾਸ ਤੌਰ 'ਤੇ ਹਜ਼ਾਰਾਂ ਮੀਲ ਦੂਰ ਪੰਜਾਬ ਦੇ ਨਾਲ ਸਾਡਾ ਬਣਿਆ ਹੋਇਆ ਚਾਹੇ ਇੱਥੇ ਦੇ ਸੱਤੇ ਵੈਰਵਾਲੀ ਦੇ ਗੀਤਾਂ ਕਰਕੇ ਬਣਿਆ ਚਾਹੇ ਸੁੱਖ ਢੀਂਡ ਸੇ ਹੋਣੀ ਹਰਪ੍ਰੀਤ ਹੋਣੀ ਹਰਨੀਕ ਹੋਣੀ ਹੁਣ ਇੱਥੋਂ ਦੇ ਮੁੰਡੇ ਗਾਉਣ ਲੱਗੇ ਆ ਇਹ ਜਿਹੜੀ ਖੁਸ਼ਬੋਈ ਹੈ ਗਲੋਬਲ ਹੋ ਰਹੀ ਆ ਵਿਸ਼ਵ ਵਿਆਪੀ ਸਟੈਂਡ ਬਣ ਗਿਆ ਇੱਕ ਜਿਵੇਂ ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਆ ਸੋ ਮੈਂ ਬ੍ਰੌਡਕਾਸਟਿੰਗ 'ਚ ਜੁੜਿਆ ਹੋਣ ਕਰਕੇ ਨਾ ਬਜ਼ੁਰਗ ਕਸੂਰੀ ਸਾਹਿਬ ਦੀ ਇੱਕ ਗੱਲ ਮੇਰੇ ਯਾਦ ਆ ਗਈ ਕਿਉਂਕਿ ਲਾਈਵ ਸ਼ੋਅ ਦੇ ਵਿੱਚ ਆਪਾਂ ਜਦੋਂ ਗੱਲਾਂ ਕਰੀਆਂ ਤੇ ਕਈ ਵਾਰੀ ਬਾਅਦ 'ਚ ਸੋਚੀਦਾ ਵੀ ਯਾਰ ਇਸ ਗੱਲ ਨੂੰ ਲਫ਼ਜ਼ਾਂ ਦਾ ਹੀਰ ਫੇਰ ਇੱਦਾਂ ਨਹੀਂ ਇੱਦਾਂ ਕਰ ਲੈਣਾ ਚਾਹੀਦਾ ਸੀ ਮੈਨੂੰ ਉਹਨਾਂ ਦੀ ਉਹ ਗੱਲ ਯਾਦ ਆ ਗਈ ਉਹ ਸ਼ੇਅਰ ਤਾਂ ਉਦੋਂ ਜਦੋਂ ਉਹਦਾ ਪੰਜਾਬੀ ਤਰਜਮਾ ਕੀਤਾ ਹੈ ਜਿੱਦਾਂ ਤੁਸੀਂ ਸਾਡੀ ਭੈਣ ਨੂੰ ਟੋਕਦੇ ਨਵੇਂ ਇੱਦਾਂ ਟੋਕ ਨਾ ਦਿਓ ਇਸ ਕਰਕੇ ਮੈਂ ਪੰਜਾਬੀ 'ਚ ਕਹਿ ਲੱਗਾ ਉਹ ਕਹਿੰਦੇ ਵੀ ਮੈਂ ਦੁਆ ਲਿਖਦਾ ਰਿਹਾ ਉਹ ਦਗਾ ਪੜ੍ਹਦੇ ਰਹੇ ਮੈਂ ਦੁਆ ਲਿਖਦਾ ਰਿਹਾ ਉਹ ਦਗਾ ਪੜ੍ਹਦੇ ਰਹੇ ਬਸ ਇੱਕ ਨੁਕਤੇ ਤੋਂ ਹੀ ਮੈਂ ਤੋਂ ਮੁਜਰਮ ਹੋ ਗਿਆ ਸੋ ਲਾਈਵ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਮੈਂ ਪਰਸਨਲੀ ਬਹੁਤ ਇੰਸਪਾਇਰ ਹੋਣਾ ਵੱਡੀ ਗੱਲ ਜੇ ਜੀਤਪਾਲ ਵਸਰੇ ਆ ਕਿ
ਕੱਲ ਮਹੇਸ਼ ਸਿੰਘ ਤੋਂ ਫੋਨ ਆਇਆ, ਪਹਿਲਾਂ ਤੀ ਜੀ ਨਾਲ ਡਿਸਕਸ ਕਰ ਰਿਹਾ ਸੀ। ਉਹਨਾਂ ਦੇ ਬੱਚੇ ਇੱਥੋਂ ਦੇ ਬੋਰ ਆ, ਲੇਕਿਨ ਉਹਨਾਂ ਨੇ ਕੋਈ ਹੋਰ ਪੰਜਾਬੀ ਪ੍ਰੋਗਰਾਮ ਨਾ ਪਹਿਲਾਂ ਦੇਖਦੇ ਸੀ ਅਤੇ ਨਾ ਮੈਨੂੰ ਲੱਗਦਾ ਦੇਖਣਾ ਹੀ ਆ ਹੋਰ। ਉਹ ਚੱਜ ਸਾਹਿਬ ਚਾਰ ਪ੍ਰੋਗਰਾਮ ਜ਼ਰੂਰ ਦੇਖਦੇ ਰੈਗੂਲਰ ਆਪਣੇ ਸਕੂਲ ਕਾਲਜ ਤੋਂ ਆ ਕੇ। ਹੌਲੀ ਹੌਲੀ ਲੋਕਾਂ ਦਾ ਪੰਜਾਬੀ ਨਾਲ ਪਿਆਰ ਪੈ ਗਿਆ ਇਸ ਬਹਾਨੇ। ਸੋ ਇਹ ਸਬੱਬ ਤੁਸੀਂ ਬਣਾਏ ਆ, ਨਾਮ ਅਤੇ ਨਾਵਾਂ ਭਾਵੇਂ ਕਿ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ, ਲੇਕਿਨ ਮੈਂ ਇਹ ਅਰਦਾਸ ਕਰਦਾ ਵੀ ਨਾਮ ਤਾਂ ਕੱਟਿਆ ਹੀ ਕੱਟਿਆ, ਨਾਵਾਂ ਵੀ ਬਹੁਤ ਕੱਟੋ, ਤਾਂ ਕਿ ਅੱਗੋਂ ਜਿਹੜੀ ਤੁਹਾਡੇ ਤੋਂ ਬਾਅਦ ਆਉਣ ਵਾਲੀ ਪੀੜ੍ਹੀ ਆ ਉਹ ਇਸ ਚੀਜ਼ ਤੋਂ ਹਮੇਸ਼ਾ ਪ੍ਰੇਰਨਾ ਲਵੇ, ਉਹਨੂੰ ਲੱਗੇ ਕਿ ਨਹੀਂ ਪੰਜਾਬੀ ਪੱਤਰਕਾਰੀ ਦੇ ਵਿੱਚ ਵੀ ਜਿਹੜਾ ਹੈਗੀ ਆਪਸ਼ਨ ਤੋਂ ਹੈਗੀਆਂ, ਇਹਦੇ ਵਿੱਚ ਵੀ ਤੁਸੀਂ ਆਪਣਾ ਨਾਮ ਵੱਡਾ ਕਰ ਸਕਦੇ ਹੋ। ਸੋ ਸਵਾਲ ਮੇਰਾ ਕੋਈ ਨਹੀਂ, ਤੁਸੀਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਵਿਚਾਲੇ ਗਾਹੀ ਵਗਾਹੀ ਦੇ ਜਾਂਦੇ ਹੋ। ਸੋ ਬਹੁਤ ਮਿਹਰਬਾਨੀ, ਧੰਨਵਾਦ। ਮੈਂ ਹੁਣ ਸੱਤਾ ਦੇਣਾ ਚਾਹੂੰਗਾ ਜੀ, ਸਰਦਾਰ ਰਣਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬਹੁਤ ਘੱਟ ਬੋਲਦਾ ਹੁੰਦਾ ਸਟੇਜ 'ਤੇ ਆ ਕੇ, ਥੋੜ੍ਹੇ ਜਿਹੇ ਸ਼ਬਦ ਕਹਾਂਗਾ ਕਿ ਤੁਹਾਡਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ, ਮੇਰੀ ਫੈਮਿਲੀ ਦੇ ਬੱਚੇ ਵੀ ਤੁਹਾਡਾ ਪ੍ਰੋਗਰਾਮ ਬਹੁਤ ਲਾਈਕ ਕਰਦੇ ਹੈਗੇ ਆ। ਮਿਹਰਬਾਨੀ। ਹੋਰ ਸਾਡਾ ਰੇਡੀਓ ਸਪਾਈਸ ਨਾਲ ਪੂਰਾ ਫੈਮਿਲੀ ਵਾਂਗੂ ਸਾਰਿਆਂ ਨਾਲ ਰਿਲੇਸ਼ਨਸ਼ਿਪ ਹੈਗਾ, ਸੋ ਅਸੀਂ ਇਹਨਾਂ ਦੇ ਸਾਰਿਆਂ ਦੇ ਨਾਲ ਹੈਗੇ ਹਾਂ ਰੇਡੀਓ ਸਪਾਈਸ ਦੇ ਨਾਲ। ਤਾਂ ਤੁਹਾਡਾ ਬਹੁਤ ਦਾ ਧੰਨਵਾਦ, ਥੈਂਕ ਯੂ, ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਅਸੀਂ ਸਵਾਲ ਜਵਾਬ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਸਨੀ ਵੀਰ ਜੀ ਵਰਲਡ ਟਰੈਵਲ ਤੋਂ ਕਾਫੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਮੈਨੂੰ ਰੇਡੀਓ ਨਾਲ ਜੋੜਨ ਵਾਲੇ ਸਨੀ ਭਾਜੀ ਨੇ। ਸੋ ਜਿੱਥੇ ਪਰਮਿੰਦਰ ਭਾਜੀ ਮੇਰੇ ਗਾਈਡਰ ਨੇ ਉੱਥੇ ਸਨੀ ਭਾਜੀ, ਮੈਂ ਤਾਂ ਚੱਲਿਆ ਸੀ ਆਪਣਾ ਵਾਲੇ ਪਾਸੇ, ਭਾਜੀ ਕਹਿੰਦੇ ਪੰਜਾਬੀ ਵਾਲੇ ਪਾਸੇ ਚੱਲ। ਸੋ ਰੇਡੀਓ ਸਪਾਈਸ ਦੇ ਜਾਣੇ ਮੈਨੂੰ ਸਨੀ ਵੀਰ ਨੇ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਆਪਣੇ ਪੰਜਾਬੀ ਭਰਾ ਪਰਮਿੰਦਰ ਸਿੰਘ ਦਾ, ਜਿਨ੍ਹਾਂ ਨੇ ਮੈਨੂੰ ਕੱਲ੍ਹ ਦੱਸਿਆ ਕਿ ਤੁਸੀਂ ਇੱਥੇ ਆਏ ਹੋਏ। ਮੈਨੂੰ ਸੁਪਨਾ ਮੇਰਾ ਸਕਾਰ ਹੋਇਆ, ਤੁਹਾਨੂੰ ਮੈਂ ਸੱਚ ਦੱਸਣ ਲੱਗਾ ਤੇ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਘਰ ਵਾਲੀ ਸ਼ਿਕਾਇਤ ਲੈ ਲਓ। ਸੌਣ ਤੋਂ ਪਹਿਲਾਂ ਮੈਨੂੰ ਪੁੱਛਦੀ ਕਿ ਤੂੰ ਆਹ ਕੀ ਦੇਖੀ ਜਾਣਾ, ਇਹ ਕੀ ਸੁਣੀ ਜਾਂਦਾ। ਇਹ ਲਾਸਟ 2 ਮਹੀਨਿਆਂ ਦੇ ਸ਼ੁਰੂ ਹੋਇਆ। ਕਹਿੰਦੀ ਇਹ ਕਿਹੜਾ ਚੈਨਲ ਆਇਆ ਤੂੰ ਆਪਣੇ? ਮੈਂ ਆਈਪੈਡ ਮੇਰੇ ਹੁਣ ਬੇਟੇ ਨੇ ਦਿੱਤਾ, ਉਹ ਕੋਲ ਮੰਗ ਕੇ ਰਾਤ ਨੂੰ ਲੈਂਦਾ, ਔਰ ਤੁਹਾਡਾ ਪ੍ਰਾਈਮ ਏਸ਼ੀਆ ਤੇ ਚੱਜ ਦਾ ਵਿਚਾਰ ਮੈਂ ਦੋ ਸਮਝ ਤੇ ਮੈਨੂੰ ਕਨਵਿੰਸ ਕੀਤਾ ਤੇ ਦੱਸਿਆ ਕਿ ਮੈਂ ਅੱਜ ਜਾ ਰਿਹਾ ਨੂੰ ਮਿਲਣ। ਕਹਿੰਦੇ ਸੱਚੀ ਇੱਥੇ ਆਏ? ਮੈਂ ਕਿਹਾ ਹਾਂਜੀ ਮੈਂ ਜਾ ਰਿਹਾ ਨੂੰ ਨਾਲ। ਤੇ ਭਾਜੀ ਨੇ ਮੈਨੂੰ ਕੱਲ੍ਹ ਨੂੰ ਟੈਕਸਟ ਮੈਸੇਜ ਕੀਤਾ ਕਿ ਇੱਥੇ ਆਏ ਆ, ਤੇ ਯਕੀਨ ਕਰੋ ਦਿਨ ਅੱਜ ਦਾ ਨਹੀਂ ਨਿਕਲਿਆ। ਮੈਂ ਸੋਚਿਆ ਤੁਹਾਨੂੰ ਦਰਸ਼ਨ ਕਰੂੰਗਾ ਅੱਗੇ ਕਰਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਇੱਥੇ ਆਉਣ ਦਾ। ਤੇ ਇੱਕ ਗੱਲ ਮੈਨੂੰ ਦੱਸੋ, ਤੁਸੀਂ ਸਵੇਰੇ ਉੱਠ ਕੇ ਖਾਂਦੇ ਕੀ ਹੈ? ਗੱਲ ਇਹ ਬਾਈ ਕਿ ਖਾਂਦੇ ਤਾਂ ਚਲੋ ਜੋ ਆਪਾਂ ਸਾਰਾ ਕੁਝ ਕਰਨ ਦੇ ਬਾਵਜੂਦ, ਟੈਕਸ ਦੇਣ ਦੇ ਬਾਵਜੂਦ ਸਰਕਾਰਾਂ ਕੋਲ ਤਾਂ ਗੱਲ ਖਾਂਦੇ ਹਾਂ, ਪਰ ਜੋ ਸਧਾਰਨ ਹੁੰਦਾ, ਅਸੀਂ ਤਾਂ ਚਾਹ ਪਾਣੀ ਵਾਲੇ ਬੰਦੇ ਹਾਂ, ਦਾਰੂ ਸ਼ਾਰੂ ਪੀਂਦੇ ਵੀ ਨਹੀਂ, ਤੇ ਉਦਾਂ ਹੀ ਬਸ ਹਰ ਬੰਦੇ ਦੀ ਨਾ ਇੱਕ ਆਦਤ ਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਕਈ ਗੱਲਾਂ, ਮੇਰੇ ਵੀ ਹੈਗੀਆਂ, ਕਈ ਚੰਗੀਆਂ ਵੀ ਹੋ ਸਕਦੀਆਂ ਮਾੜੀਆਂ ਵੀ, ਪਰ ਅਸੀਂ ਪੜ੍ਹਦੇ ਬਹੁਤ ਆ ਤੇ ਪੜ੍ਹਨਾ ਚਾਹੀਦਾ ਵੀ ਸਾਰਿਆਂ ਨੂੰ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ, ਕਿਉਂਕਿ ਮੈਂ ਅਕਸਰ ਗੱਲ ਕਹਿੰਦਾ ਹੁੰਦਾ ਵੀ ਜੇ ਟੈਂਕੀ ਦੇ ਵਿੱਚ ਪਾਣੀ ਹੋਊਗਾ ਤਾਂ ਟੂਟੀ ਰਾਹੀਂ ਆਊਗਾ, ਕਿਉਂਕਿ ਜੇ ਤੁਸੀਂ ਪੜ੍ਹਦੇ ਨਹੀਂ ਫਿਰ ਤੁਸੀਂ ਬੋਲ ਨਹੀਂ ਸਕਦੇ, ਜੇ ਪੜ੍ਹਦੇ ਨਹੀਂ ਤੁਸੀਂ ਲਿਖ ਵੀ ਨਹੀਂ ਸਕਦੇ। ਮੈਨੂੰ ਕਈ ਵਾਰੀ ਅਖਬਾਰ ਦੇ ਵਿੱਚ ਵੀ, ਮੈਂ ਜੁੜਿਆ ਹੋਇਆ ਨਵਾਂ ਜ਼ਮਾਨਾ 19 ਸਾਲ ਤੋਂ, ਸਾਨੂੰ ਉੱਥੇ ਕਈ ਵਾਰੀ ਫੋਨ ਆਊਗਾ ਜੀ ਕਿ ਮੈਂ ਜੇ ਕਹਾਣੀ ਲਿਖਾਂ ਤਾਂ ਇਹ ਕਦੋਂ ਛਪ ਜੂ? ਮੈਂ ਕਹਿੰਦਾ ਪਹਿਲਾਂ ਅਸੀਂ ਛਾਪ ਦਿੰਦੇ ਫਿਰ ਤੂੰ ਲਿਖ ਲਈ, ਜੇ ਮੈਂ ਲਿਖਾਂ ਅਸੀਂ ਸਾਈ ਤੇ ਥੋੜੀ ਛਾਪ ਸਕਦੇ ਹਾਂ, ਹਨਾ। ਪਰ ਕਹਿਣ ਦਾ ਭਾਵ ਇਹ ਆ ਕਿ ਜੇ ਤੁਸੀਂ ਪੜ੍ਹੋਗੇ ਨਹੀਂ, ਜੇ ਤੁਸੀਂ ਨਹੀਂ ਕਿਸੇ ਨੂੰ ਪੜ੍ਹਦੇ, ਮੈਂ ਪੁੱਛਦਾ ਹੁੰਦਾ ਵੀ ਤੁਸੀਂ ਅਜੀਤ ਕੌਰ ਨੂੰ ਪੜ੍ਹਿਆ, ਤੁਸੀਂ ਅਮ੍ਰਿਤਾ ਪ੍ਰੀਤਮ ਨੂੰ ਪੜ੍ਹਿਆ, ਤੁਸੀਂ ਬਲਵੰਤ ਕਾਰਗੀ ਨੂੰ ਪੜ੍ਹਿਆ, ਬਾਬਾ ਬਲਵੰਤ ਨੂੰ ਪੜ੍ਹਿਆ, ਤੁਸੀਂ ਹਾਸ਼ਮ ਸ਼ਾਹ ਨੂੰ ਪੜ੍ਹਿਆ? ਉਹ ਕਹਿਣਗੇ ਨਹੀਂ। ਮੈਂ ਕਿਹਾ ਤੁਸੀਂ ਨਹੀਂ ਉਹਨਾਂ ਨੂੰ ਪੜ੍ਹਿਆ, ਤੁਹਾਡਾ ਕਿਉਂ ਛਪੇ? ਤੁਹਾਨੂੰ ਕੌਣ ਪੜ੍ਹੂਗਾ? ਗੱਲ ਤਾਂ ਇਹ ਵੀ ਵਰਕਾ ਖਰਾਬ ਕਰਨ ਦੇ ਨਾਲੋਂ। ਸੋ ਪੜ੍ਹਦੇ ਆ ਤੇ ਇਸ ਕਰਕੇ ਮਾੜਾ ਮੋਟਾ ਬੋਲਣ ਦੀ ਜਾਚ ਆ ਜਾਂਦੀ ਆ ਜਾਂ ਆਉਣ ਲੱਗੀ ਆ, ਹੋਰ ਕੁਛ ਨਹੀਂ। ਇੱਕ ਦੱਸਣ ਲੱਗਾ, ਤੁਹਾਡੀ ਦੋਨੋਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ, ਅਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਹਾਂ? ਸ਼ਾਇਦ ਤੁਹਾਨੂੰ ਕਈਆਂ ਨੇ ਸਵਾਲ ਦੱਸੇ ਹੋਣਗੇ ਜਾਂ ਆਨਸਰ ਦਿੱਤੇ ਹੋਣਗੇ, ਮੈਂ ਆਪਣੇ ਆਪ 'ਚ ਤੁਹਾਡੀ ਸ਼ਖਸੀਅਤ ਨੂੰ ਕਿੱਦਾਂ ਦੇਖਦਾ? ਤੁਸੀਂ ਧਾਰਮਿਕ ਸ਼ਖਸੀਅਤਾਂ ਦੇ ਨਾਲ ਚੱਜ ਦੇ ਵਿਚਾਰ ਵਿਚਣੋਂ ਲੈ ਕੇ ਆਉਂਦੇ ਹੋ, ਸਿੰਗਰ ਨੇ ਸਰਤਾਜ ਭਾਜੀ ਸਾਡੇ ਬੜੇ ਅਜੀਜ਼ ਆ, ਉਹਨਾਂ ਨੂੰ ਮੈਂ ਇੱਥੇ ਸ਼ੋਅ ਵੀ ਅਸੀਂ ਕਰਦੇ ਰਹੇ ਹਾਂ, ਤੁਸੀਂ ਉਹਨਾਂ ਨਾਲ ਆਪਣੇ ਇੰਟਰਵਿਊ ਕਰਦੇ ਹੋ, ਫਿਰ ਤੁਸੀਂ ਲਿਖਾਰੀਆਂ ਨਾਲ ਇੰਟਰਵਿਊ ਕਰਦੇ ਹੋ, ਪੋਲੀਟੀਕਲ ਪਾਰਟੀਸ ਵੀ ਉਹਨਾਂ ਦੇ ਕਈ ਮੈਂਬਰਸ ਵੀ ਆਉਂਦੇ ਨੇ, ਇਹ ਸਾਰੀਆਂ ਸ਼ਖਸੀਅਤਾਂ ਨਾਲ ਤੁਸੀਂ ਹਰੇਕ ਤਰੀਕੇ ਨਾਲ ਹਰੇਕ ਐਂਗਲ ਤੋਂ ਤੁਸੀਂ ਵਿਚਾਰ ਟੰਦਰਾ ਕਰਦੇ ਨਾ, ਤੇ ਮੈਂ ਸੋਚਦਾ ਕਿ ਇਹ ਸੁਪਰੀਮ ਸ਼ਖਸੀਅਤਾਂ ਨੇ, ਇਹਨਾਂ ਵਿੱਚ ਸਾਰੇ ਗੁਣ ਨੇ, ਧਾਰਮਿਕ ਲਿਖਾਰੀਆਂ ਵਾਲੇ,
अलंकार विशेषण बहुत वर्तनो खुश हो जाऊगा पर पढ़न वाला कही जाए कि है तभी ने जो कहने जबर न मर जाता इस करके जे तुसी लोकां दी गल लोकां दे नेड़े रह के करदे आ फिर तुहानू उस बंदे दे उत्ते थोड़ा बहुत यकीन बचदा ते मैं थोड़ा धन्नवादी आ तुसी साडे ते यकीन करदे बहुत यकीन करदे थोड़ा हासा जिहड़ा ना जी तुसी उदों गल्लबात शुरू करके एक दूजे नाल थोड़ा अपने हासा मोल करदे हो ਉਹ ਤੋਂ ਬਾਅਦ ਚ ਜਿਹੜੇ ਤੁਸੀਂ ਜੁੜ ਜਾਂਦੇ ਤੁਹਾਡੇ ਨਾ ਤੁਹਾਡਾ ਪੂਰਾ ਸ਼ੋਅ ਜਦ ਤੱਕ ਲਾਸਟ ਮੂਮੈਂਟ ਤੱਕ ਤੁਸੀਂ ਇਜਾਜ਼ਤ ਤੁਸੀਂ ਨਾ ਮੰਗਦੇ ਮਨ ਨਹੀਂ ਕਰਦਾ ਕਿ ਤੁਹਾਨੂੰ ਛੱਡੀਏ ਇਹ ਸੋਚਦੇ ਕਿ ਫੇਰ ਸ਼ੁਰੂ ਕਰਨ ਤੇ ਫੇਰ ਕਰ ਲਈਏ ਤੁਹਾਡੇ ਬਹੁਤ ਧੰਨਵਾਦ ਇਹ ਪ੍ਰਵਿੰਦਰ ਭਾਈ ਦਾ ਅਗੇਨ ਧੰਨਵਾਦ ਜੀ ਚੰਗੀ ਬਾਈ ਥੈਂਕ ਯੂ ਸਮਾਂ ਜਿਹੜਾ ਸਾਡਾ ਜਾ ਰਿਹਾ ਸੀ ਮੈਂ ਚਾਹੂੰਗਾ ਕਿ ਕੋਈ ਸਵਾਲ ਜੀ ਭਾਈ ਜੂ ਉਹਨਾਂ ਦੀ ਨਾ ਸਮਾਂ ਦੇ ਰਿਹਾ ਕਿਉਂਕਿ ਫਿਰ ਪ੍ਰੋਗਰਾਮ ਦਾ ਸਮਾਂ ਵੀ ਹੋ ਰਿਹਾ सामने आ गए बाई उदा ही गंभीर ने हरमन जी उदा ही खुश मिजाज ने सो थोनू बहुत बहुत बधाई जिदा ने टीवी चा ही असल बहुत घट हों बी दो सवाल मैं पूछने एक जरा जनरल पत्रकारी एक थोड़े अदारे बारे जे भारत में भाजी आप हम पत्रकारी का दौर देखिए है ना जिमें पहले सारे सिंगर से अजक सारे पत्रकार ही है यूट्यूब के व्यू बधाने सारे लगे हुए हैं पर पत्रकारी का भविख की देखते हो क्योंकि बहुत आ जो चैनल ने एक पार्टी एक अदारे अगे लैके जा लगे हुए हैं जिते हम यूट्यूब की पत्रकारी शुरू हो गई है फील्ड पत्रकारी जी घट गई है जे मैं देखता कि रवीश कुमार अगर कल ही लग्या होया जंग लड़न के लिए बाकी सारे 90-95% ਪੱਤਰਕਾਰ ਇੱਕ ਪਾਸੇ ਨੇ ਬੀਬੀਸੀ ਵਰਗਿਆਂ ਨੂੰ ਪ੍ਰੋਗਰਾਮ ਕਰਨਾ ਪਿਆ ਇੰਡੀਆ ਦੀ ਲੇਕਿਨ ਤੁਸੀਂ ਪੱਤਰਕਾਰੀ ਤਾਂ ਉਹਨਾਂ ਨੂੰ ਬਣਾਉਣਾ ਦੇਣਾ ਪਿਆ ਜਿਹੜਾ ਪਿਛਲੇ ਦਿਨ ਇੰਡੀਆ ਦੇ ਜਨਰਲਿਜ਼ਮ ਨੇ ਦਿਖਾਇਆ ਸੀ ਤੇ ਉਸ ਸਾਰੀ ਤੋਂ ਬਹੁਤ ਦੂਰ ਹੈ ਬਹੁਤੀ ਇਹਦੀ ਲੰਬੀ ਜਿਹੜੀ ਪੱਤਰਕਾਰ ਆਇਆ ਥੋੜੀ ਇਹਦਾ ਲੰਬਾ ਜਿਹਾ ਕੀ ਹੋ ਗਿਆ ਤੁਸੀਂ ਕੀ ਦੇਖ ਲਓ ਕਿ ਇੰਡੀਆ ਦੀ ਪੱਤਰਕਾਰ ਤਾਂ ਉਹ ਇੱਕ ਹੈ ਕੀ ਹੈ ਕੀ ਕੋਈ ਵਾਕਿਆ ਹੈ ਜੀ ਜਨਰਲਿਜ਼ਮ ਨੂੰ ਦੇਖਾ ਮੰਨ ਕੇ ਉਹਦੇ ਵਿੱਚ ਆਉਂ ਇਹ ਪਤਾ ਕਿ ਕੀ ਉਹਦੇ ਸਮਾਰਟਫੋਨ ਅੱਜ ਉਹ ਪੱਤਰਕਾਰ ਆ ਮੈਂ ਉਹਨੂੰ ਪੱਤਰਕਾਰ ਮੰਨਦਾ ਅੱਜ ਤਾਂ ਬਿਆਨ ਵੀ ਇਹ ਆਉਂਦੇ ਆ ਕਿ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਕਿਹਾ ਫਲਾਣੇ ਨੇ ਫੇਸਬੁੱਕ ਤੇ ਰਾਹੀਂ ਸੁਨੇਹਾ ਭੇਜਦਿਆਂ ਕਿਹਾ ਵਧਾਈਆਂ ਵੀ ਦੁੱਖ ਵੀ ਪ੍ਰਗਟਾਏ ਜਾਂਦੇ ਸੋਸ਼ਲ ਮੀਡੀਆ ਦੇ ਉੱਤੇ ਲੀਡਰਾਂ ਦੇ ਵੱਲੋਂ ਪਰ ਮੈਨੂੰ ਲੱਗਦਾ ਵੀ ਜਿਹੜੇ ਸਮਾਜ ਦੇ ਹਰ ਖੇਤਰ ਦੇ ਵਿੱਚ ਨੈਤਿਕ ਗਿਰਾਵਟ ਆਈ ਆ ਉਹ ਭਾਵੇਂ ਅਧਿਆਪਨ ਆ ਭਾਵੇਂ ਡਾਕਟਰੀ ਆ ਭਾਵੇਂ ਵਪਾਰ ਆ ਭਾਵੇਂ ਦੁਕਾਨਦਾਰੀ ਆ ਭਾਵੇਂ ਨੇਤਾਗਿਰੀ ਆ ਉਸੇ ਤਰੀਕੇ ਨਾਲ ਪੱਤਰਕਾਰਤਾ ਦੇ ਵਿੱਚ ਵੀ ਆਈ ਆ ਕਿਉਂਕਿ ਪੱਤਰਕਾਰ ਦਾ ਜ਼ਿੰਮਾ ਇਹ ਹੁੰਦਾ ਕਿ ਉਹਨੇ ਸੱਚ ਪਹੁੰਚਾਉਣਾ ਪੁਲਿਸ ਤੇ ਪ੍ਰੈਸ ਦੇ ਉੱਤੇ ਯਕੀਨ ਕਰਦੇ ਆ ਲੋਕ ਤੇ ਇਹ ਦੋਨੋਂ ਜਿਹੜੇ ਕੰਮ ਹੈਗੇ ਆ ਇਹਨਾਂ ਦੇ ਉੱਤੋਂ ਯਕੀਨ ਕੁਝ ਹੱਦ ਤੱਕ ਉੱਠ ਗਿਆ 80% ਤਾਂ ਮੈਂ ਵੀ ਇਹ ਗੱਲ ਕਹਿਣਾ ਹੁੰਦਾ 90-95% ਤਾਂ ਨਹੀਂ ਮੇਰਾ ਮੰਨਣਾ ਕਿ 80% ਮੀਡੀਆ ਜਿਹੜਾ ਉਹ ਆਪਦੇ ਸਿਧਾਂਤਾਂ ਨੂੰ ਵਿਸਾਰਦਾ ਜਾ ਰਿਹਾ ਜਾਂ ਸਿਧਾਂਤਾਂ ਤੋਂ ਖਿੜਕ ਗਿਆ ਪਰ ਫਿਰ ਵੀ ਕੁਝ ਲੋਕ ਹੈਗੇ ਆ ਜਿਹੜੇ ਜਿਵੇਂ ਤੁਸੀਂ ਰਵੀਸ਼ ਕੁਮਾਰ ਹੋਣਾ ਦਾ ਨਾਂ ਲਿਆ ਕੁਝ ਹੋਰ ਵੀ ਹੈਗੇ ਆ ਜਿਨ੍ਹਾਂ ਦੇ ਵੱਲੋਂ ਨਿੱਠ ਕੇ ਕੰਮ ਕੀਤਾ ਜਾਂਦਾ ਪਰ ਮੈਂ ਇੱਕ ਹੋਰ ਗੱਲ ਦੱਸਦਾ ਮੈਂ ਆਪਦੇ 20 ਸਾਲ ਦੇ ਤਜਰਬੇ ਦੇ ਵਿੱਚ ਮੈਂ ਸਾਰੀਆਂ ਅਖਬਾਰਾਂ ਦੇ ਨਾਲ ਜੁੜਿਆ ਹੋਇਆ ਵੱਖ ਵੱਖ ਚੈਨਲਾਂ ਦੇ ਨਾਲ ਵੀ ਪਰ ਜਿਹੜੇ ਸਹੀ ਕੰਮ ਕਰਨ ਵਾਲੇ ਪੱਤਰਕਾਰ ਆ ਉਹਨਾਂ ਦੀ ਲੋੜ 20 ਸਾਲ ਪਹਿਲਾਂ ਵੀ ਸੀ ਤੇ ਉਹਨਾਂ ਦੀ ਲੋੜ ਅਦਾਰਿਆਂ ਨੂੰ ਅੱਜ ਵੀ ਆ ਇਹ ਗੱਲ ਵੱਖਰੀ ਆ ਕਿ ਤਨਖਾਹ ਕਿੰਨੀ ਦਿੰਦੇ ਆ ਕਿਵੇਂ ਆ ਕੀ ਨਹੀਂ ਕਿਤੇ ਚਲੋ ਬੰਦੇ ਦੀ ਆਪਣੀ ਮਰਜ਼ੀ ਆ ਕਿ ਉਹਨੇ ਉਹਨੇ ਪੈਸਿਆਂ 'ਚ ਕੰਮ ਕਰਨਾ ਕਿ ਨਹੀਂ ਪਰ ਅੱਜ ਕਿਸੇ ਵੀ ਅਦਾਰੇ ਦੇ ਵਿੱਚ ਚਲੇ ਜਾਈਏ 5-7-10 ਐਡੀਟਰਾਂ ਦੀ ਲੋੜ ਉੱਥੇ ਹੈਗੀ ਆ ਅੱਜ ਕਿਸੇ ਵੀ ਅਦਾਰੇ ਦੇ ਵਿੱਚ ਚਲੇ ਜਾਈਏ ਉੱਥੇ ਚੰਗੇ ਪੱਤਰਕਾਰਾਂ ਦੀ ਜ਼ਰੂਰਤ ਹੈਗੀ ਆ ਇੱਕ ਵੱਖਰੀ ਗੱਲ ਆ ਕਿ ਇਸ਼ਤਿਹਾਰਾਂ ਦੇ ਮਾਧਿਅਮ ਦੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਤੁਸੀਂ ਕਈ ਪੱਤਰਕਾਰ ਇਹੋ ਜਿਹੜੇ ਨਾਮ ਹੁਣ ਉਂਗਲਾਂ ਦੇ ਪੋਟਿਆਂ ਤੇ ਗਿਣ ਸਕਦੇ ਆ ਉਹ ਵੀ ਇਹ ਸੋਸ਼ਲ ਮੀਡੀਆ ਦੇ ਵਿੱਚੋਂ ਨਿਕਲ ਕੇ ਆਏ ਆ ਤੁਸੀਂ ਇਹ ਲਿਖਣਾ ਵੀ ਸ਼ਹਿਨਾਜ਼ ਗਿੱਲ ਨੇ ਕੀਤਾ ਧਮਾਕਾ ਤੇ ਹੁਣ ਉਹਨੂੰ ਪਾਈਆਂ ਭਾਜੜਾਂ ਤੇ ਹੁਣ ਫਲਾਣੇ ਨੇ ਕਰ ਦਿੱਤਾ ਇਉਂ ਹੁਣ ਤਾਂ ਸੱਪ ਨਿਕਲੂ ਹੁਣ ਤਾਂ ਐਂ ਕਰੂ ਉਹ ਵੀ ਪੱਤਰਕਾਰਤਾ ਜਿਹੜੀ ਉਹਨੂੰ ਮੈਂ ਸਮਝਦਾ ਕਿ ਬਿਲਕੁਲ ਸਿਧਾਂਤਾਂ ਤੋਂ ਸਿੱਖਣੀ ਆ ਪਰ ਮਰਨੀ ਰਹੀ ਪੱਤਰਕਾਰਤਾ ਪੱਤਰਕਾਰਤਾ ਦੀ ਸੁਖਤਾ ਹੈਗੀ ਆ ਹਾਲੇ ਜਿਹੜੇ ਲੋਕ ਨਿੱਠ ਕੇ ਕੰਮ ਕਰਦੇ ਆ ਹੁਣ ਸਾਡੇ ਕੋਲ ਅਖਬਾਰ ਦੇ ਵਿੱਚ ਮੁੰਡੇ ਕੁੜੀਆਂ ਐਕਸਪੀਰੀਅੰਸ ਲੈਣ ਦੇ ਲਈ ਤਜਰਬੇ ਦੇ ਲਈ ਆਉਂਦੇ ਆ ਜਿਹਨਾਂ ਨੇ ਜਰਨਲਿਜ਼ਮ ਦੀ ਡਿਗਰੀ ਕਰਨੀ ਹੈ
ਜੇ ਸਾਡੇ ਕੋਲੇ 50 ਜਣੇ ਆਉਂਦੇ ਆ ਉਹਦੇ ਵਿੱਚੋਂ 5 ਜਣੇ ਬੜੀ ਮੁਸ਼ਕਲ ਨਾਲ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੋਂ ਸੰਭਾਵਨਾਵਾਂ ਜਿਹੜੀਆਂ ਉਹ ਲੱਗਦੀਆਂ ਵੀ ਭਾਈ ਇਹ ਕੁਛ ਨਾ ਕੁਛ ਕਰਨਗੇ ਆਉਂਦੇ ਸਮੇਂ ਦੇ ਵਿੱਚ। ਜੇ ਹੁਣ ਤੁਸੀਂ ਇਹੀ ਕਰਨਾ ਵੀ ਭਾਈ ਤੈਮੂਰ ਖਾਨ ਆ ਜਿਹੜੇ ਉਹਦੇ ਵਾਲਾਂ ਦਾ ਸਟਾਈਲ ਹੋ ਗਿਆ ਇੱਦਾਂ ਤੇ ਐਸ਼ਵਰਿਆ ਰਾਏ ਦੀ ਕੁੜੀ ਅਰਾਧਿਆ ਨੇ ਕਰ ਲਈਆਂ ਦੋ ਬੁੱਤਾਂ, ਫਿਰ ਇਹ ਇੱਕ ਵੱਖਰੀ ਪੱਤਰਕਾਰੀ ਆ। ਪਰ ਜੇ ਤੁਸੀਂ ਸੱਚੀ ਮੁੱਚੀ ਕੁਝ ਕਰਨਾ ਚਾਹੁੰਦੇ ਆ ਉਹਦੇ ਲਈ ਤੁਸੀਂ ਪੜ੍ਹੋਗੇ ਵੀ, ਉਹਦੇ ਲਈ ਤੁਸੀਂ ਚੁਣੌਤੀਆਂ ਨਾਲ ਮੱਥਾ ਵੀ ਲਾਓਗੇ, ਲੋਕ ਤੁਹਾਨੂੰ ਵਿਸਾਰਦੇ ਨੇ। ਅੱਜ ਕਈ ਪੱਤਰਕਾਰਾਂ ਨੂੰ ਲੋਕ ਕਲਾਕਾਰਾਂ ਨੂੰ ਵਿਛੜਨ ਲੱਗ ਗਏ ਆ, ਉਹਦਾ ਕਾਰਨ ਵੀ ਇਹੀ ਆ ਕਿ ਉਹਨਾਂ ਨੇ ਥੋੜਾ ਜਿਹਾ ਹਟਵਾ ਕੰਮ ਕੀਤਾ। ਸੋ ਪੱਤਰਕਾਰ ਦੇ ਲਈ ਜ਼ਿੰਮੇਵਾਰੀਆਂ ਬਹੁਤ ਆ, ਜੇ ਉਹ ਜ਼ਿੰਮੇਵਾਰੀਆਂ ਨਿਭਾਊ ਤਾਂ ਮੇਰਾ ਖਿਆਲ ਆ ਕਿ ਭੁੱਖਾ ਨਹੀਂ ਮਰਨਾ। ਦੂਜਾ ਸਵਾਲ ਬਾਈ ਤੁਹਾਡੇ ਉਦਾਹਰਣ ਨੂੰ ਲੈ ਕੇ ਆ, ਪ੍ਰਾਈਮ ਏਸ਼ੀਆ ਦੇ ਮੈਂ ਦੋ ਪ੍ਰੋਗਰਾਮ ਕਹਾਂ ਤਾਂ ਮੇਰੇ ਖਿਆਲ ਸਭ ਨੂੰ ਯਾਦ ਨੇ ਜਿਹੜੇ ਮੇਨ ਅਸੀਂ ਦੇਖਦੇ ਹਾਂ, ਪ੍ਰਾਈਮ ਫੋਕਸ ਹੈ, ਚੱਲਦਾ ਵਿਚਾਰ ਆ। ਉਸ ਤੋਂ ਇਲਾਵਾ ਪ੍ਰਾਈਮ ਏਸ਼ੀਆ ਹਕੀਕੀ ਤੌਰ 'ਤੇ ਜ਼ਮੀਨੀ ਤੌਰ 'ਤੇ ਨਜ਼ਰ ਨਹੀਂ ਆਉਂਦਾ। ਜਦੋਂ ਆਪਾਂ ਗੱਲ ਕਰਦੇ ਹਾਂ ਤੁਹਾਡੀ ਗੱਲਾਂ ਦੇ ਵਿੱਚ ਜਾਂ ਪਰਵੀਰ ਬਾਠ ਜਾਂ ਸੰਧਾ ਵਾਲੀ ਸਾਹਿਬ ਹੋਣਾਂ ਦੀ ਜਾਂ ਪਰਮ ਸਾਹਿਬ ਹੋਣਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਦਮ ਹੈ, ਪਰ ਪ੍ਰਾਈਮ ਏਸ਼ੀਆ ਜ਼ਮੀਨੀ ਪੱਧਰ 'ਤੇ ਕਿਉਂ ਨਹੀਂ ਜਾ ਰਿਹਾ, ਕਿਉਂ ਉਹ ਲੀਡਰਾਂ ਦੇ ਕੋਲ ਜਾ ਕੇ ਸਵਾਲ ਨਹੀਂ ਕਰਦਾ? ਕੀ ਲੱਗਦਾ ਕਿ ਤੁਹਾਨੂੰ ਸਟੂਡੀਓ 'ਚ ਬਹਿ ਕੇ ਗੱਲ ਕਹਿ ਦੇਣੀ ਬੜੀ ਸੌਖੀ ਹੈ ਪਰ ਲੀਡਰ ਨੂੰ ਜਦੋਂ ਸਾਹਮਣੇ ਜਾ ਕੇ ਸਵਾਲ ਕਰਨਾ ਉਹਦੇ ਲਈ ਇੰਟਰਸਟ ਚਾਹੀਦੇ ਆ? ਸੋ ਪ੍ਰਾਈਮ ਏਸ਼ੀਆ ਜਾਂ ਤਾਂ ਕੋਈ ਇੱਦਾਂ ਦੇ ਪੱਤਰਕਾਰ ਪੈਦਾ ਨਹੀਂ ਕਰ ਪਾ ਰਿਹਾ ਜਾਂ ਤੁਹਾਨੂੰ ਚੁਣੌਤੀਆਂ ਇੱਦਾਂ ਦੀਆਂ ਨੇ, ਕਿਉਂਕਿ ਮੈਂ 3-4 ਜਾਂ 5 ਬੰਦੇ ਤੁਹਾਡੇ ਜਿਹੜੇ ਕੀ ਵੀ ਦੇਖਦਾ ਜਿਹੜੇ ਨਿਟ ਕੇ ਲੱਗੇ ਹੋਏ ਨੇ, ਤਾਂ ਤੁਹਾਨੂੰ ਸਟੂਡੀਓ 'ਚ ਵੀ ਕੰਮ ਕਰਨਾ ਬੜਾ ਜ਼ਰੂਰੀ ਹੈ, ਪਰ ਪ੍ਰਾਈਮ ਏਸ਼ੀਆ ਜ਼ਮੀਨੀ ਪੱਧਰ 'ਤੇ ਕਦੋਂ ਆਊ, ਕਿਉਂਕਿ ਲੋੜ ਹੈ ਇੱਦਾਂ ਦੀ ਪੱਤਰਕਾਰੀ ਦੀ, ਫੀਲਡ ਪੱਤਰਕਾਰੀ ਦੇ ਕਰੋ ਤੁਸੀਂ ਇੱਥੋਂ? ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈ ਕਿ ਫੀਲਡ ਪੱਤਰਕਾਰੀ ਦੇ ਵਿੱਚ ਵੀ ਵਿਚਰਨਾ ਚਾਹੀਦਾ, ਅਤੇ ਇੱਕ ਗੱਲ ਇਹ ਵੀ ਹੈ ਕਿ ਅਸੀਂ ਵਿਚਰ ਵੀ ਰਹੇ ਹਾਂ। ਇਹ ਇੱਕ ਵੱਖਰੀ ਗੱਲ ਹੈ ਕਿ 4 ਸਾਲ ਹੋਏ ਮੇਰੇ ਖਿਆਲ ਆਪਣੇ ਟੀਵੀ ਚੈਨਲ ਨੂੰ, 4 ਸਾਲ ਦੇ ਵਿੱਚ ਜਿੰਨਾ ਅਸੀਂ ਕਰ ਸਕਦੇ ਸੀ ਦਿਨ ਰਾਤ ਇੱਕ ਕਰਕੇ ਉਹ ਕੀਤਾ, ਅਤੇ ਬਾਕੀ ਜੋ ਕੁਝ ਤੁਹਾਡੀ ਕਸਵੱਟੀ ਦੇ ਉੱਤੇ ਖਰੇ ਉਤਰ ਦੇ ਲਈ ਕਰਨਾ ਚਾਹੀਦਾ ਉਹ ਕਰਨ ਦੇ ਲਈ ਪੂਰਾ ਤਾਣ ਵੀ ਲਾ ਰਹੇ ਹਾਂ। ਸਾਡੇ ਕੋਲ ਕੁਝ ਪੱਤਰਕਾਰ ਸਾਥੀ ਇਹੋ ਜਿਹੇ ਹੈਗੇ ਊਰਜਾਵਾਨ ਵੀ ਆ, ਜਿਨ੍ਹਾਂ ਦੀਆਂ ਫੇਸਬੁੱਕ ਦੇ ਉੱਤੇ ਜਾਂ ਟੀਵੀ ਦੇ ਉੱਤੇ ਘੱਟ ਜਾਂ ਵੱਧ ਸਟੋਰੀਆਂ ਵਿਲੱਖਣ ਢੰਗ ਦੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਮੈਂ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾਊਂਗਾ ਅਮਨ ਖੜਕੜ ਭਾਜੀ ਤੱਕ, ਤਾਂ ਜੋ ਉਹ ਇਸ ਪਾਸੇ ਵੀ ਪੂਰਾ ਖਿਆਲ ਕਰਨ, ਅਤੇ ਜੇ ਤੁਹਾਨੂੰ ਉਹਨਾਂ ਨੂੰ ਵੀ ਲੱਗਾ ਕਿ ਹਾਂ ਬਿਲਕੁਲ ਸਵਾਲ ਤਾਂ ਵਾਜਬ ਹੈ, ਅਤੇ ਮੈਨੂੰ ਲੱਗਦਾ ਵੀ ਉਹ ਇਸ ਮਸਲੇ ਦਾ ਹੱਲ ਕੱਢਣਗੇ। ਸ਼ੁਕਰੀਆ। ਅੱਛਾ ਇੱਕ ਗੱਲ ਸੁਣਾ ਕੇ ਜਾਇਆ ਜ਼ਰੂਰ, ਜਿਹੜੀ ਤੁਹਾਡਾ ਦੋਸਤ ਜਦੋਂ ਵਿਆਹ ਦੇ ਪੈਸੇ ਦੇਣ ਗਿਆ ਸੀ ਅਤੇ ਉਹ ਯੂ ਨੋ ਮੁੰਡਾ ਲੇਟ ਹੋ ਗਿਆ ਸੀਗਾ, ਹਾਂ ਉਹ ਮਾੜੀ ਗੱਲ ਜ਼ਰੂਰ ਸੁਣਾ ਕੇ ਜਾਇਆ। ਉਹ ਨਾ ਅਸਲ ਦੇ ਵਿੱਚ ਗੱਲਾਂ ਦੇ ਵਿੱਚੋਂ ਗੱਲ ਨਿਕਲੇ ਆਉਂਦੀ ਹੈ, ਬੰਦਾ ਮੈਂ ਜਿਵੇਂ ਪਹਿਲਾਂ ਗੱਲ ਕਹੀ ਆ ਵੀ ਅਸੀਂ ਕਿਤੇ ਵੀ ਜਾਂਦੇ ਹਾਂ ਕੁਛ ਨਾ ਕੁਛ ਤੁਹਾਨੂੰ ਚੰਗਾ ਮੰਦਾ ਵਿਲੱਖਣ ਹੁੰਦਾ ਦਿੰਦਾ, ਜਦੋਂ ਉਹ ਤੁਹਾਡੇ ਚੇਤੇ ਦੇ ਵਿੱਚ ਰਹਿ ਜਾਂਦਾ, ਅਤੇ ਅਸੀਂ ਕਦੇ ਵੀ ਜਦੋਂ ਪ੍ਰੋਗਰਾਮ ਕਰਦੇ ਹਾਂ ਉਹਨੂੰ ਸਕ੍ਰਿਪਟ ਨਹੀਂ ਤਿਆਰ ਕੀਤੀ ਵੀ ਭਾਈ ਤੁਸੀਂ ਆਹ ਬੋਲੋਗੇ ਮੈਂ ਆਹ ਕਹੂੰਗਾ, ਕਿਉਂਕਿ ਆਪਾਂ ਭੰਡਗਿਰੀ ਨਹੀਂ ਕਰ ਸਕਦੇ, ਖਬਰਾਂ ਦੇ ਵਿੱਚੋਂ ਕੋਈ ਨਾ ਕੋਈ ਹੋਰ ਗੱਲ ਜੁੜ ਜਾਂਦੀ ਹੈ। ਮੇਰਾ ਇੱਕ ਮਿੱਤਰ ਆ ਕੈਲਗਰੀ ਤੋਂ, ਉਹਨੇ ਹਰ ਸਾਲ ਆ ਕੇ ਸਮੂਹਕ ਤੌਰ ਦੇ ਉੱਤੇ ਵਿਆਹ ਕਰਦੇ ਹੁੰਦੇ ਆ, ਅਤੇ ਉਹ ਹੈਗਾ ਉਦੋਂ ਰਾਏਕੋਟ ਦੇ ਵੱਲੋਂ, ਅਤੇ ਭੈਣੀ ਬੜੇ ਇੱਕ ਪਿੰਡ ਆ ਉਹਨਾਂ ਦਾ, ਉਹਨਾਂ ਨੇ ਪਿੱਛੇ ਜੇ ਮੈਂ ਸਾਲ ਦੇ ਵਿੱਚ ਇੱਕ ਵਾਰ ਉਹਨਾਂ ਨੇ ਉਸ ਸਮਾਗਮ 'ਚ ਜ਼ਰੂਰ ਜਾਂਦਾ, ਉਹ ਬੰਦਾ ਆਉਂਦਾ ਉਹ ਲੱਖਾਂ ਰੁਪਏ ਖਰਚ ਕੇ ਹਫ਼ਤੇ ਬਾਅਦ ਵਾਪਸ ਚਲਾ ਜਾਂਦਾ, ਨਾ ਉਹਨੇ ਲੰਬੜਦਾਰੀ ਲੈਣੀ ਆ ਨਾ ਸਰਪੰਚੀ ਲੈਣੀ ਆ ਨਾ ਕੁਛ ਹੋਰ। ਉੱਥੇ 14 ਕੁੜੀਆਂ ਦੇ ਸਮੂਹਕ ਵਿਆਹ ਸੀਗੇ, ਅਤੇ ਉੱਥੇ 13 ਬਰਾਤਾਂ ਆ ਚੁੱਕੀਆਂ ਗੁਰਦੁਆਰਾ ਸਾਹਿਬ ਦੇ ਵਿੱਚ, 13 ਕੁੜੀਆਂ ਦੇ ਪਰਿਵਾਰ ਵੀ ਪਹੁੰਚ ਚੁੱਕੇ ਆ, ਪੱਤਰਕਾਰ ਵੀ ਪਹੁੰਚ ਚੁੱਕੇ ਆ, ਹੋਰ ਲੋਕ ਵੀ ਪਹੁੰਚ ਚੁੱਕੇ ਆ, ਹਾਲੇ 14ਵੇਂ ਦੀ ਉਡੀਕ ਹੋ ਰਹੀ ਆ। 9:30 ਦਾ ਸ਼ਾਇਦ ਜਾਂ 9 ਵਜੇ ਦਾ ਸਮਾਂ ਦਿੱਤਾ ਸੀ, ਪਰ ਕਈ ਵਾਰ ਬੰਦਾ ਕੋਈ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਜਾਂ ਕੋਈ ਹੋਰ ਕਾਰਨ ਬਣ ਗਿਆ, ਅੱਧਾ ਪੌਣਾ ਘੰਟਾ ਲੇਟ ਵੀ ਹੋ ਜਾਂਦਾ। ਲੋ ਜੀ 10 ਵੱਜ ਗਏ, 10:30 ਹੋ ਗਏ, 11 ਹੋ ਗਏ, 11:30, 12, 2:30, 2 ਵੱਜ ਗਏ ਆ, ਇੱਥੋਂ ਤੱਕ ਪਹੁੰਚ ਗਿਆ। ਫੈਸਲਾ ਕੀਤਾ ਪ੍ਰਬੰਧਕ ਟੀਮ ਨੇ ਕਿ ਆਪਾਂ ਚਲੋ ਜਿੰਨੇ ਆਏ ਆ ਉਹਨਾਂ ਦੇ ਆਪਾਂ ਆਨੰਦ ਕਾਰਜ ਕਰਵਾਉਣੇ ਆ, ਅਤੇ ਜੇ ਤਾਂ ਉਹ ਆ ਗਿਆ ਤਾਂ ਠੀਕ ਆ, ਨਹੀਂ ਤਾਂ ਫਿਰ ਭਾਈ ਉਹਦੇ ਨਾਲ ਆਪਾਂ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ, ਨਜਿੱਠਾਂਗੇ, ਫੋਨ ਉਹ ਚੱਕਦੇ ਨਹੀਂ ਜਾਂ ਉਹਨਾਂ ਨਾਲ ਮਿਲਦਾ ਨਹੀਂ। ਲੋ ਜੀ ਜਦੋਂ 2:30 ਵਜੇ ਤੇ ਜਨਾਬ ਬਾਹਾਂ ਜਿਹਾ ਚੜਾਉਂਦੇ ਹੁੰਦੇ ਆ, ਉਹ ਹੁਣ ਤਪੇ ਪਏ ਜਿਹੜੇ ਸਾਰੇ ਪ੍ਰਬੰਧਕ ਆ, ਉਧਰੋਂ ਕੁੜੀ ਵਾਲੇ ਵੀ ਬੜੇ ਚਿੰਤਤ, ਦੇਖੋ ਜੇਕਰ ਆਪਣੀ ਕੁੜੀ ਇੱਦਾਂ ਉਡੀਕ ਰਹੀ ਹੋਵੇ ਤੇ ਆਪਣੇ ਮਨ ਦੇ ਉੱਤੇ ਕੀ ਬੀਤੂ ਵੀ ਮੁੰਡੇ ਵਾਲੇ ਕਿੱਧਰ ਗਏ। ਸੋ ਉਹ ਕਹਿੰਦੇ ਵੀ ਹਾਂ ਤੂੰ ਬੜਾ ਪੂਰੀ ਤਿਆਰੀ ਦੇ ਵਿੱਚ ਲੱਤਾਂ ਬਾਹਾਂ ਜਿਹਾ ਮਾਰਦਾ ਹੁੰਦਾ ਉਹ, ਮੈਂ ਉਹਨੂੰ ਬੜੀ ਗੌਰ ਨਾਲ ਦੇਖ ਰਿਹਾ ਵੀ ਉਹ ਕੀ ਬਹਾਨਾ ਲਾਊਗਾ ਜਾਂ ਉਹਦੀ ਗੱਲ ਦੇ ਵਿੱਚ ਉਹ ਕੋਈ ਸੱਚਾਈ ਲੱਭੂਗੀ ਜਾਂ ਉਹਨੇ ਕੋਈ ਟਰਕਾਉਣਾ ਹੀ ਆ। ਉਹ ਕਹਿੰਦੇ ਵੀ ਹਾਂ ਲੇਟ ਹੋ ਗਿਆ, ਡੀਜੇ ਵਾਲਾ ਪੁੱਟਤਾ। ਉਹ ਕਹਿੰਦੇ ਕਾਹਦੋਂ ਪੁੱਟਤਾ? ਉਹ ਕਹਿੰਦਾ ਅਸਲ ਦੇ ਵਿੱਚ ਦਾਰੂ ਬੜੀ ਪੀ ਲਈ, ਗਾਣਾ ਨਹੀਂ ਸੀ ਲਾਉਂਦਾ, ਕਹਿੰਦੇ ਫਿਰ ਜਦੋਂ ਪੁੱਟਤਾ ਪੁਲਿਸ ਫੜ ਕੇ ਲੈ ਗਈ, ਫਿਰ ਕਹਿੰਦਾ ਤੜਕੇ 5,000 ਰੁਪਏ ਦੇ ਕੇ ਛੁੱਟ ਕੇ ਆ ਗਈ। ਪਰ ਮੈਂ ਉੱਥੇ ਸੋਚ ਰਿਹਾ ਵੀ ਦੇਖੋ ਇਹ ਸੋਚਣ ਵਾਲੀ ਗੱਲ ਇਹ ਆ ਵੀ ਜਿਹੜਾ ਬੰਦਾ ਪਹਿਲੇ ਦਿਨੀ ਆਪਦਾ ਇਹੋ ਜਿਹਾ ਰੂਪ ਦਿਖਾ ਰਿਹਾ, ਉਹਨੇ ਮੈਂ ਕਿਹਾ ਭਾਈ ਵੀ ਕੀ ਰੰਗ ਲਾਉਣੇ ਆ ਭਵਿੱਖ ਦੇ ਵਿੱਚ, ਉਹ ਬਸ ਇਹ ਨਹੀਂ ਗੱਲ ਸੀਗੀ। ਧੰਨਵਾਦ, ਧੰਨਵਾਦ, ਸ਼ੁਕਰੀਆ ਜੀ।
ਦੇ ਲਈ ਜਿਹੜਾ ਬਹੁਤ ਜ਼ਰੂਰੀ ਪਰ ਸਮਾਂ ਸਾਨੂੰ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਅਤੇ ਮੈਂ ਮਾਫ ਕਰਾਂ ਡਾਕਟਰ ਸਾਹਿਬ ਕੁਝ ਪੁੱਛਣਾ ਚਾਹੁੰਦੇ ਨੇ ਹੱਥ ਰੱਖ ਜ਼ਰੂਰ ਹੋ ਗਿਆ ਡਾਕਟਰ ਕਮਲ ਮਹਿੰਦਰਾ ਜੀ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਜੀ ਤੁਸੀਂ ਸੁਣਿਆ ਹੋਣਾ ਪਹਿਲਾਂ ਬਿਲਕੁਲ ਜੀ ਅੱਜ ਕੱਲ੍ਹ ਸਾਡੇ ਨਾਲ ਰੇਡੀਓ ਸਪਾਈਸ 'ਤੇ ਕਈ ਟਹਿਣਾ ਜੀ ਅਤੇ ਮਿਸਿਸ ਟਹਿਨ ਅੱਛਾ ਮੈਂ ਫਿਰ ਮੇਰਾ ਸਵਾਲ ਵਿੱਚ ਹੀ ਰਹਿ ਗਿਆ ਸਵਾਲ ਕੈਂਸਲ ਸਵਾਲ ਹੋਰ ਕੀ ਪੁੱਛਣਾ ਤੁਸੀਂ ਜਵਾਬ ਦੇ ਤਾ ਪਹਿਲਾਂ ਹੀ ਮੈਂ ਪੁੱਛਣਾ ਇਹ ਸੀ ਹੁਣ ਮੈਂ ਦੱਸ ਦੇਣਾ ਵੀ ਪੁੱਛਣਾ ਕੀ ਸੀ ਵੀ ਤੁਸੀਂ ਰੀਅਲ ਲਾਈਫ ਦੇ ਵਿੱਚ ਹਸਬੈਂਡ ਵਾਈਫ ਹੋ ਨਹੀਂ ਜੀ ਅਸੀਂ ਇਸ ਰਿਸ਼ਤੇ ਦੇ ਵਿੱਚ ਨਹੀਂ ਹਾਂ ਪਰ ਅਸੀਂ ਬਹੁਤ ਪਰਿਵਾਰਕ ਤੌਰ ਦੇ ਉੱਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ ਅਤੇ ਇਹ ਬਿਲਕੁਲ ਨਹੀਂ ਵਿਆਹੇ ਦੂਜੀ ਗੱਲ ਇਹ ਹੈ ਕਿ ਸੱਚੀ ਜਦੋਂ ਦੱਸਿਆ ਨਾ ਕਿ ਮੇਰਾ ਪਿੰਡ ਮੇਰੇ ਖੇਤ ਵਾਲੀ ਗੱਲ ਕੀਤੀ ਮੈਂ 18 ਸਾਲ ਪਿਛਾਂਹ ਨੂੰ ਮੁੜ ਗਿਆ ਮੰਡੀਆਂ ਦੇ ਭਾਅ ਵਾਲੀ ਗੱਲ ਆਗਿਆਪਾਲ ਸਿੰਘ ਰੰਧਾਵਾ ਅਤੇ ਸਰਦਾਰ ਜੀਤ ਬਾਬਾ ਜਿਹੜੇ ਪ੍ਰੋਡਿਊਸਰ ਸਾਹਿਬ ਸੀ ਉਸ ਵੇਲੇ ਉਹਨਾਂ ਨੇ ਮੇਰੇ 'ਤੇ ਤਰਸ ਖਾ ਕੇ ਵੀ ਚਲੋ ਇਹ ਨਿਆਣਾ ਇਹ ਸਾਈਕਲ ਸਵਾਰ ਹੈ ਅਤੇ ਇਹਨੂੰ ਇੱਕ ਦੋ ਡੇਢ ਹਫ਼ਤੇ 'ਚ ਮੰਡੀਆਂ ਦੇ ਭਾਅ ਬਣਾ ਲਿਆ ਖਬਰ ਤੇ ਉਹਨਾਂ ਨੇ ਮੈਨੂੰ 130 ਰੁਪਏ ਦੇ ਚੈੱਕ ਦਿੰਦੇ ਹੁੰਦੇ ਸੀ ਤੇ ਮੰਨੀ ਢਾਬੇ ਤੇ 22 ਰੁਪਏ ਦੀ ਖਾਰੀ ਮਿਲਦੀ ਸੀ ਤੇ ਮੇਰੇ ਘਰ 4-5 ਡੰਗ ਦੀ ਰੋਟੀ ਆ ਜਾਂਦੀ ਸੀ ਤੇ ਮੈਂ ਸੋਚਦਾ ਸੀ ਅੰਬਾਨੀ ਮੇਰੇ ਮੂਹਰੇ ਹੁਣ ਕੀ ਚੀਜ਼ ਆ ਬੰਦੇ ਅਹਿਸਾਸ ਹੁੰਦੇ ਆ ਵੀ ਯਾਰ ਮੇਰੀ ਜੇਬ ਤੋਂ ਬਣਾ ਕੁਛ ਹੈਗਾ ਮੈਂ ਜਦੋਂ ਪਹਿਲੇ ਦਿਨ ਮੰਡੀਆਂ ਦੇ ਭਾਅ ਪੜ੍ਹਨ ਲੱਗਿਆ ਤੇ ਮੂਹਰੋਂ ਜਦੋਂ ਚੰਗੇ ਚੰਗੇ ਘਬਰਾ ਜਾਂਦੇ ਜਦੋਂ ਮੂਹਰੋਂ ਕੈਮਰੇ ਦੀ ਲਾਲ ਜੀ ਬੱਤੀ ਜਗਦੀ ਆ ਨਾ ਤੇ ਮੈਂ ਛਿੜਕ ਗਿਆ ਤੇ ਮੈਂ ਗੰਢੇ ਗੁੰਢੇ ਉਰਲੇ ਪਾਸੇ ਕਰਤੇ ਪਰਲੇ ਪਾਸੇ ਕਰਤੇ ਬਟ ਜਿਹੜਾ ਭਾਅ ਸੀਗਾ 12 ਰੁਪਏ ਕਿਲੋ ਮੈਂ ਬੱਤੀ ਕਰਤਾ ਸਾਰੇ ਜਦੋਂ ਬਟਾਲਾ ਮੰਡੀ ਦੇ ਵਿੱਚ 42 ਰੁਪਏ ਕਿਲੋ ਆ ਗਏ ਮਟਰ ਦੇ ਗਿਆ ਰੇਟ ਮਤਲਬ ਇਹ ਆ ਕਿ ਉਹ ਸਾਰਾ ਕੁਛ ਬੜਾ ਚੰਗਾ ਲੱਗਾ ਤੁਸੀਂ ਵੀ ਉਸ ਅਦਾਰੇ ਨਾਲ ਜੁੜੇ ਰਹੇ ਮੈਨੂੰ ਸੱਚੀ ਸੋਹਣੀ ਗੱਲ ਲੱਗੀ ਥੈਂਕ ਯੂ ਵੈਰੀ ਮਚ ਮਾਫੀ ਚਾਹੁੰਗਾ ਜੀ ਇੱਕ ਹੋਰ ਸਵਾਲ ਜਿਹੜਾ ਹੈਗਾ ਜੀ ਨਿਊਜ਼ੀਲੈਂਡ ਦੇ ਵਿੱਚ 5ਵੀਂ ਪੀੜ੍ਹੀ ਹੈ ਜੀ ਅਤੇ ਪੰਜਾਬ